माशाल्लाह बहुत ही जबरदस्त चीजा लगी है ना, देख लो। और पाइपिंग है 3 मीटर 1 पाउंड, 3 मीटर 1 पाउंड दी, क्या बात है। वैरायटी भाई और भाई के पास बहुत ही ज्यादा है माशाल्लाह। ये सर ते किन्ने जबरदस्त लगे ने, ये लाजमी चक्कर लो जी। इथे भाई जी किन्ने दी जूती जनाब? 7 पाउंड, सिर्फ 7 पाउंड दी जनाब। ते ए जेड़ा जूता पया, ए भी 7 पाउंड है। सेल लाई दी। लहंगा किन्ने दा लाया जे? 120 पाउंड है सर। खूबसूरत लहंगा, सिर्फ एक सुखी चीज रखी है थे। देखो चादरा पईया ने, दुपट्टे पे ने, शोला पईया ने। अच्छा ए जेड़े आ शोल पे देख लो जी, माशाल्लाह थानू मिलणगे वधिया जे समोसे भी जबरदस्त जे। होम जी उम्मीद करदा सी सारे खरीए दे नाल होगे जी। भाई होरां बड़ी फरमाइश कीती सी, आ कहदे ने बाहरों होके टुर जांदे आ, साडे नाल नहीं आंदे। ते मैं कहा चलो चलदे आ जी, अज अंदर दा माहौल शेयर करांदे आ। भाई होरां फरमाइश कीती, उत्थे जाणा ते बणदे आ, की ख्याल है? मार्केट 2 ਦੇ ਅੰਦਰ ਅਸੀਂ ਕੈਨਨ ਮਿਲ ਤਾਂ ਕੈਨਨ ਮਿਲ ਮਾਰਕੀਟ 2 ਦਾ ਮਾਹੌਲ ਤੁਹਾਡੇ ਨਾਲ ਕਰਦੇ ਆ ਸ਼ੇਅਰ। ਵਖਾਣਦੇ ਆ ਜੀ ਹੈ ਮਾਲ ਇੱਥੇ ਕਿਹੜਾ ਕਿਹੜਾ, ਕੀ ਖਿਆਲ ਹੈ? ਚਲੋ ਚਲਦੇ ਆ ਵਖਾਣਦੇ ਆ ਫਿਰ ਤੁਹਾਨੂੰ ਫੁੱਲ ਮਾਹੌਲ ਇਸ ਵੀਡੀਓ ਦੇ ਅੰਦਰ ਜੀ। ਮਾਸ਼ਾਅੱਲਾ ਜ਼ਬਰਦਸਤ ਇਹ ਚੀਜ਼ਾਂ ਲੱਗੀਆਂ ਨੇ ਹਰ ਇੱਕ ਸਾਈਡ ਤੇ, ਵੇਖ ਲਓ। ਜੁੱਤੇ ਛੁੱਤੇ ਵੀ ਲੱਗੇ ਨੇ ਤੇ ਆ ਵੇਖ ਲਓ ਜੀ, ਕੱਪੜੇ ਜ਼ਬਰਦਸਤ ਜੇ। ਤੇ ਇਸ ਦੁਕਾਨ ਦੇ ਅੰਦਰ ਮਾਸ਼ਾਅੱਲਾ ਸਾਡੇ ਆਪਣੇ ਭਾਈ ਕੰਮ ਕਰ ਰਹੇ ਨੇ। ਕੀ ਹਾਲ ਤੁਹਾਡਾ ਜੀ? ਠੀਕ ਠਾਕ? ਠੀਕ ਠਾਕ। ਤੇ ਪਹਿਲੇ ਤਾਂ ਭਾਈ ਜੀ ਦੱਸੋ ਆਪਣਾ ਨਾਂ ਕੀ ਜਨਾਬ ਹੈ? ਮੇਰਾ ਨਾਮ ਜੀ ਹਰਪਾਲ ਸਿੰਘ ਗੁੜਵਾਲਾ। ਤੇ ਪਿੱਛੇ ਕਿਹੜੇ ਲਾਗੇ? ਅਫਗਾਨਿਸਤਾਨ ਤੋਂ ਤੁਸੀਂ? ਮਾਸ਼ਾਅੱਲਾ ਜੀ। ਤੇ ਜਨਾਬ ਤੇ ਕਿੰਨਾ ਅਰਸਾ ਹੋਇਆ ਹੈ ਬਣਾਏ ਨੂੰ ਜਨਾਬ ਤੁਸੀਂ ਇਹ? ਇੱਥੇ ਸਾਡਾ ਜੀ ਕੈਨਮੇਲ ਦੇ ਵਿਚਕਾਰ ਮੇਰਾ ਜੀ ਹੋ ਗਿਆ 18 ਸਾਲ। 18 ਸਾਲ ਤੇ ਯੂਕੇ ਚ ਪਹਿਲੇ ਇਹੀ ਕੰਮ ਕੀਤਾ ਜਾਂ ਕੋਈ ਹੋਰ ਵੀ ਕਰਦੇ ਰਹੇ ਹੋ? ਉਸ ਤੋਂ ਪਹਿਲੇ ਘੜੀਆਂ ਦਾ ਕਰਦੇ ਆ, ਮਾਰਕੀਟਾ ਲਗਾਉਂਦੇ ਆ, ਫਿਰ ਉਸ ਤੋਂ ਬਾਅਦ ਕੱਪੜੇ ਦਾ ਕੰਮ ਸ਼ੁਰੂ ਕੀਤਾ, ਕਿਉਂਕਿ ਇਹ ਸਾਡਾ ਅਫਗਾਨਿਸਤਾਨ ਤੋਂ ਪੱਧਰੀ ਕੰਮ ਹੈ। ਠੀਕ ਠੀਕ ਹੈ। ਅਸਲੀ ਕੰਮ ਸਾਡਾ ਕੱਪੜੇ ਦਾ ਸੀ, ਅਫਗਾਨਿਸਤਾਨ ਵੀ। ਅੱਛਾ, ਉੱਥੇ ਵੀ ਕੱਪੜੇ ਦਾ ਕਾਰੋਬਾਰ ਕੀਤਾ? ਬਿਲਕੁਲ ਜੀ ਬਿਲਕੁਲ। ਜਾਪਾਨੀ ਕੱਪੜਾ ਅੱਜ ਵੀ ਅਫਗਾਨਿਸਤਾਨ ਚੋਂ ਪਾਕਿਸਤਾਨ ਜਾਂਦਾ, ਜਾਪਾਨ ਕੱਪੜਾ ਸਾਰਾ ਅਫਗਾਨਿਸਤਾਨ ਤੋਂ ਜਾਂਦਾ। ਸਦੀਆਂ ਤੋਂ ਕੰਟਰੈਕਟ ਹੈ ਕੋਈ ਜਾਪਾਨ ਦਾ। ਅੱਛਾ, ਜਾਪਾਨੀ ਕੱਪੜਾ ਉਹ ਅਫਗਾਨਿਸਤਾਨ ਤੋਂ ਕਚਰੇ ਤੋਂ ਬਾਹਰ ਹੁੰਦਾ, ਪਿਸ਼ੌਰ ਤੋਂ ਜਾਂਦਾ, ਉਹ ਮਤਲਬ ਤੁਹਾਨੂੰ ਜਾਪਾਨ ਨਾਲ ਕੰਟਰੈਕਟ ਨਹੀਂ ਤੁਹਾਡਾ। ਅੱਛਾ ਅੱਛਾ, ਉਹ ਬਾਇਆ ਅਫਗਾਨਿਸਤਾਨ ਹੋ ਕੇ ਜਾਂਦਾ। ਬਿਲਕੁਲ। ਦੋ ਕੋੜਾ ਬੋਸਕੀ ਹੁੰਦੀ ਆਈ ਜੀ, ਕਿਸੇ ਜ਼ਮਾਨੇ ਬੜੀ ਵਿਕਦੀ ਆਈ, ਔਰ ਬਾਕੀ ਜਿੰਨਾ ਸਿੰਟੈਕਸ ਵਗੈਰਾ ਕਪੜਾ ਜਾਪਾਨੀ, ਜਿੰਨਾ ਵੀ ਫੈਂਸੀ ਕਪੜਾ ਜਾਪਾਨੀ ਹੁੰਦਾ ਜੀ ਜੀ, ਉਹ ਸਾਰਾ ਵਾਇਆ ਅਫਗਾਨਿਸਤਾਨ। ਅੱਛਾ, ਵਾਇਆ ਅਫਗਾਨਿਸਤਾਨ ਤੋਂ ਆਉਂਦਾ। ਤੇ ਅੱਜ ਭਾਈ ਜੀ ਸਾਨੂੰ ਵਿਖਾਓ ਨਾ, ਅੱਜ ਕਿਹੜੀ ਕਿਹੜੀ ਆਈਟਮ ਤੁਹਾਡੇ ਕੋਲ ਇਸ ਦੁਕਾਨ ਦੇ ਅੰਦਰ ਹੁੰਦੇ? ਸਾਡੇ ਕੋਲ ਜੀ ਸੂਟਾਂ ਦੀ ਦੁਕਾਨ ਹੈ ਜੀ ਜੀ। ਸਾਡੇ ਕੋਲ ਸੂਟ ਹਨ, ਫੈਂਸੀ ਨਾਈਸ ਵਧੀਆ ਸੂਟ ਹਨ ਜੀ ਜੀ ਜੀ। ਤੇ ਉਸ ਤੋਂ ਇਲਾਵਾ ਮੈਕਸੀਆਂ ਨਾਈਸ ਹਨ ਸਾਡੇ ਕੋਲ, ਮੈਕਸੀਆਂ ਵਿਆਹ ਸ਼ਾਦੀਆਂ ਵਾਸਤੇ ਜੀ ਜੀ। ਇਸ ਤੋਂ ਅੱਗੇ ਜਿਹੜਾ ਸੀਜ਼ਨ ਆਉਣ ਵਾਲਾ, ਸਾਰਾ ਸਾਡੇ ਕੋਲ ਸਾਰਾ ਸ਼ਾਦੀਆਂ ਵਾਲਾ ਮਾਲ ਹੈ, ਬੱਚਿਆਂ ਦਾ ਮਾਲ ਹੈ ਜੀ ਸਾਡੇ ਕੋਲ। ਸਾਡੇ ਕੋਲ ਅੱਜ ਨਵੀਂ ਵੈਰਾਈਟੀ ਆਈ ਹੈ। ਅੱਛਾ, ਕਿਹੜੀ ਵੈਰਾਈਟੀ ਆਈ ਹੈ? ਬੱਚਿਆਂ ਦੇ ਸੂਟ ਬੜੇ ਨਾਈਸ ਹਨ। ਅੱਛਾ, ਇਹ ਬੱਚਿਆਂ ਇਹ ਜਿਹੜਾ ਡਿਸਪਲੇ ਲੱਗਾ ਤੁਹਾਡੇ ਸਾਹਮਣੇ, ਹੁਣੀ ਦਿਸਤੀ ਪਾਇਆ ਡਮੀ ਤੇ, 1 ਮਿੰਟ ਹੋਇਆ ਜੀ ਸ਼ਾਲਾ। ਵੇਖ ਲਓ ਜੀ, ਮਾਸ਼ਾਅੱਲਾ ਵੈਰੀ ਗੁੱਡ ਰੇਂਜ ਜੀ, ਬੜੀ ਸੋਹਣੀ ਰੇਂਜ ਹੈ, 25 ਪਾਉਂਡ ਜੀ। ਸਿਰਫ 25 ਪਾਉਂਡ ਦਾ? 25 ਪਾਉਂਡ ਜੀ, 25 ਪਾਉਂਡ। ਬੜਾ ਸਸਤਾ ਜਨਾਬ ਜੀ, ਬੱਚਿਆਂ ਦੀ ਰੇਂਜ 25 ਪਾਉਂਡ ਤੋਂ ਸ਼ੁਰੂ ਹੁੰਦੀ ਹੈ ਜੀ ਜੀ, ਤਾਂ 50 ਪਾਉਂਡ ਤੱਕ ਡਿਫਰੈਂਟ ਡਿਫਰੈਂਟ ਡਿਜ਼ਾਈਨ। ਤੇ ਜ਼ਬਰਦਸਤ ਹੈ ਤੁਹਾਡੀ ਪੱਕੀ ਮਾਰਕੀਟ, ਇਸੇ ਤੇ ਮਾਰਕੀਟ 2 ਦੇ ਅੰਦਰ ਹੀ ਹੁੰਦੇ ਹੋ ਆਰ ਟਾਈਮ? 18 ਸਾਲ ਤੋਂ ਆਣਾ ਪਾਈ ਜਾਨ, ਸਾਰੇ ਤਕਰੀਬਨ 50% ਕਮਿਊਨਿਟੀ ਮੈਨੂੰ ਜਾਣਦੀ ਹੈ ਜੀ ਜੀ। ਮੇਰੀ ਦੁਕਾਨ ਪਲਾਜ਼ਾ 'ਚ ਵੀ ਹੈ, ਮੈਂ ਪਲਾਜ਼ਾ ਦੀ ਦੁਕਾਨ ਆਪਣੀ ਬੇਟਨ ਦੇ ਦਿੱਤੀ ਹੈ। ਅੱਛਾ, ਹੁਣ ਮੈਂ ਚਲਾ ਗਿਆ ਅਲਮਰਾਕ ਰੋਡ ਤੇ ਬਰਮਿੰਗਮ ਦੇ ਅੰਦਰ, ਬਰਮਿੰਗਮ ਚਲਾ ਗਿਆ ਜੀ। ਉੱਥੇ ਵੀ ਮੈਂ ਕਲੋਜ਼ਿੰਗ ਡਾਊਨ ਲਾਈ ਹੈ ਸ਼ਾਪ, ਉੱਥੇ ਵੀ ਆ ਜਾਓ, ਉੱਥੇ ਵੀ ਬੜੇ ਬਹੁਤ ਸਸਤਾ ਬੜਾ ਮਾਲ ਚੀਪ ਲਗਾਇਆ ਤੇ ਜਿਹੜੀ ਜਿਹੜੀ ਬਰਮਿੰਗਮ ਦੇ ਦੁਕਾਨ ਹੈ ਕਿਹੜੇ ਰੋਡ ਤੇ ਜਨਾਬ, ਤੇ ਕਿ ਨਾਂ ਦੱਸੋ ਦੁਕਾਨ? ਅਲਮਰਾਕ ਰੋਡ ਤੇ ਦੁਕਾਨ ਹੈ ਜੀ ਮੇਰੀ, ਬਰਮਿੰਗਮ ਵਿਚਕਾਰ, 190 ਨੰਬਰ ਤੇ 192 ਨੰਬਰ। 190 ਨੰਬਰ ਤੇ 192 ਨੰਬਰ? ਨੈਕਸਟ ਡੋਰ ਮੇਰੀ ਅਦਾਲਤ ਹੈ, ਕਿਉਂਕਿ ਅਦਾਲਤ ਨੂੰ ਸਾਡੀ ਕਮਿਊਨਿਟੀ ਬਹੁਤ ਜਾਣਦੀ ਹੈ, ਉਹ ਖੁੱਲਾ ਕਪੜਾ ਵੇਚਦਾ ਹੈ ਜੀ ਜੀ ਅਰੂਜ ਦੇ ਸਾਹਮਣੇ ਨੇ। ਬਿਲਕੁਲ ਹੈ। ਤੇ ਉੱਥੇ ਵੀ ਮੈਂ ਬੜੀ ਕਲੋਜ਼ਿੰਗ ਡਾਊਨ, ਬੜੀ ਵੱਡੀ ਕਲੋਜ਼ਿੰਗ ਡਾਊਨ ਸੇਲ ਆਈ ਹੈ ਤਕਰੀਬਨ ਇਸ 1 ਮਹੀਨੇ ਦੇ ਵਿਚਕਾਰ, ਬੜੀ ਆਈਟਮ, ਬੜਾ ਕੁਝ ਲੋਕ ਬਾਰ ਬਾਰ ਸਟੋਂ ਨੋਟਿੰਗਮ ਤੋਂ ਤੇ ਡਰਬੀ ਤੋਂ ਅੱਗ ਪਿੱਛੋਂ ਲੋਕ ਆਉਂਦੇ ਨੇ, ਕੋਈ 200 ਦਾ, ਕੋਈ 300 ਦਾ, ਕੋਈ 400 ਦਾ, ਸਾਰੇ ਪੇ ਕਪੜੇ ਲੈ ਜਾ ਰਹੇ ਨੇ, ਕਿਉਂਕਿ ਮੈਨੇ ਬਹੁਤ ਚੀਪ ਲਗਾਇਆ ਉਧਰ ਬਹੁਤ। ਅਗਰ ਅੱਛੀ ਕੁਆਲਿਟੀ ਵਾਲਾ ਕਪੜਾ ਸਸਤਾ ਮਿਲ ਜਾਏ ਤੇ ਲੋਕ ਤੇ ਜਾਣਗੇ, ਕਿਉਂ ਜੀ? ਦੇਖੋ ਅਸੀਂ ਹਰ ਸਾਲ ਥੋੜਾ ਮਾਲ ਕਲੀਅਰ ਕਰਨੇ ਹੋਣੇ ਆ। ਬਿਲਕੁਲ। ਅਸੀਂ ਕਲੀਅਰ ਕਿੱਥੇ ਕਰਨੇ ਆ? ਅਸੀਂ ਲਿਜਾਣੇ ਆ ਮੇਲਿਆਂ ਤੇ। ਅੱਛਾ ਅੱਛਾ। ਤੇ 2 ਸਾਲ ਹੋ ਗਏ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਅਸੀਂ ਮੇਲਿਆਂ ਤੋਂ ਪਈ ਨਹੀਂ ਜਾ ਸਕਨੇ ਆ ਜੀ ਜੀ। ਇਸ ਵਜ੍ਹਾ ਕਰਕੇ ਅਸੀਂ ਇਸ ਵਾਰ
ਸਾਰਾ ਮਾਲ ਦੁਕਾਨ ਤੇ ਬਹੁਤ ਸਸਤਾ ਲਗਾਇਆ ਜੀ ਜ਼ਬਰਦਸਤ ਹੈ ਇਹ ਜਿਹੜਾ ਡਿਜ਼ਾਈਨ ਹੈ ਜਨਾਬ ਇਹ ਹੁਣੀ ਤੁਹਾਡੇ ਸਾਹਮਣੇ ਪਾਇਆ ਜੀ ਇਹ ਟੇਲ ਵਾਲਾ ਡਿਜ਼ਾਈਨ ਹੈ 40 ਪਾਉਂਡ ਦਾ ਜੀ 40 ਪਾਉਂਡ ਦਾ ਫਰੰਟ ਦਿਖਾਓ ਜ਼ਰਾ ਫਰੰਟ ਦੇਖੋ ਇਹ ਦੇਖੋ ਜੀ ਕਿੰਨਾ ਜ਼ਬਰਦਸਤ ਹੈ ਤੁਹਾਡੇ ਸਾਹਮਣੇ ਪਾਇਆ ਜੀ 1 ਮਿੰਟ ਹੋਇਆ ਜੀ ਅੱਛਾ ਜੀ ਇਹ ਵੀ ਨਵੀਂ ਵੈਰਾਈਟੀ ਆਈ ਬਿਲਕੁਲ ਹੈ ਜੀ ਇਹ ਤੁਹਾਡੇ ਸਾਹਮਣੇ ਜੀ ਬਿਲਕੁਲ ਆ ਵੇਖ ਲਓ ਜੀ ਬੋਰੇ ਅੱਗੇ ਸਾਹਮਣੇ ਪਹਿਨੇ ਜੇ ਹੁਣੀ ਖੋਲ ਰਹੇ ਨੇ ਮਾਸ਼ਾ ਅੱਲਾ ਸਵੇਰੇ ਮੇਰੇ ਕੋਲੋਂ ਗਲਾਸਗੋ ਤੋਂ ਨਿਊਕਾਸਲ ਤੋਂ ਦੁਕਾਨਦਾਰ ਆਉਂਦੇ ਨੇ ਸਵੇਰੇ ਮੇਰੇ ਕੋਲੋਂ ਅੱਛਾ ਹੋਲਸੇਲ ਵੀ ਲੀਤਾ ਉਹਨਾਂ ਨੇ ਅੱਛਾ ਤੁਸੀਂ ਹੋਲਸੇਲ ਵੀ ਇਹਦਾ ਮਤਲਬ ਕਰਦੇ ਬਿਲਕੁਲ ਜੀ ਹੋਲਸੇਲ ਵੀ ਕਰਨੇ ਆ ਜੀ ਸਾਡੇ ਕੋਲ ਬਹੁਤ ਸਾਰੇ ਸਾਡੇ ਦੁਕਾਨਦਾਰ ਹਨ ਜੀ ਜੀ ਗਲਾਸਗੋ ਤੋਂ ਅੱਗੇ ਪਿੱਛੋਂ ਆ ਕੇ ਤੇ ਸਾਡੇ ਕੋਲ ਮਾਲ ਵੀ ਲੈ ਜਾਂਦੇ ਨੇ ਤੇ ਦੋਏ ਕੰਮ ਕਰਦੇ ਆ ਤੁਸੀਂ ਅਗਰ ਕੋਈ ਹੋਲਸੇਲ ਲੈਣਾ ਚਾਹੇ ਉਹ ਵੀ ਤੁਸੀਂ ਕਰਦੇ ਹੁੰਦੇ ਨੇ ਕੱਪੜੇ ਸ਼ਾਦੀ ਵਿਆਹ ਦੇ ਅਗਰ ਕੋਈ ਮੇਡ ਟੂ ਮੇਜਰ ਬਣਵਾਉਣਾ ਚਾਹੇ ਉਹ ਵੀ ਫੈਸਿਲਿਟੀ ਆ ਤੁਹਾਡੇ ਕੋਲ ਬੜੇ ਲੋਕ ਪਛਾਣਦੇ ਮੈਂ ਬੜੇ ਲੋਕਾਂ ਨੂੰ ਸੂਟ ਬਣਾ ਕੇ ਦਿੱਤਾ ਬੜੇ ਲੋਕਾਂ ਦੀ ਦੁਆ ਹੈ ਮੇਰੇ ਪਿੱਛੇ ਜੀ ਜੀ ਮੈਂ ਬੜੇ ਲੋਕਾਂ ਦੇ ਸੂਟ ਬਣਾ ਕੇ ਦਿੱਤਾ ਬਲਕਿ ਯਾਰ ਜੇਬ ਚ ਨੁਕਸਾਨ ਪਰਿਆ ਲੋਕਾਂ ਦੇ ਦਰਵਾਜ਼ੇ ਪਿੱਛੇ ਲਜਾ ਕੇ ਅੱਧੀ ਅੱਧੀ ਰਾਤੀ ਪਹੁੰਚਾ ਕੇ ਆਏ ਜ਼ਬਰਦਸਤ ਇੱਕ ਰਾਤੀ ਬਲੈਕ ਬੰਦ ਉਸ ਕਰ ਕਿਸੇ ਦਾ ਵਿਆਹ ਸੀ ਤੇ ਉਹਨਾਂ ਨੇ ਬੜੀ ਮੁਸ਼ਕਲਾਂ ਫਸੇ ਸੀ ਮੈਂ ਉਹਨਾਂ ਨੂੰ ਕਿਹਾ 12 ਵਜੇ ਰਾਤ ਤੋਂ ਪਹਿਲੇ ਤੁਹਾਡਾ ਸੂਟ ਮਿਲ ਜਾਸੀ 40 ਪਾਉਂਡ ਦੀ ਸੂਟ ਵਿੱਚ ਪ੍ਰੋਫਿਟ ਕੀਤੀ ਆਈ 70 ਪਾਉਂਡ ਦਾ ਡੀਜ਼ਲ ਲਗਾ ਕੇ ਲੰਡਨ ਨੂੰ ਜਾ ਕੇ ਉਹਨਾਂ ਦੇ ਦਰਵਾਜ਼ੇ ਪਿੱਛੇ ਪਹੁੰਚਾਇਆ ਕਿ ਇਨਸਾਨ ਦੀ ਇੱਜ਼ਤ ਬਣੀ ਰਵੇ ਬੜੇ ਲੋਕ ਮੇਰੇ ਕੋਲੋਂ ਆਰਡਰ ਤੇ ਬਹੁਤ ਕੱਪੜੇ ਬਣਾਉਂਦੇ ਜੀ ਜੀ ਬਹੁਤ ਜ਼ਿਆਦਾ ਮੈਂ ਆਰਡਰ ਤੇ ਕੱਪੜੇ ਬਣਾਉਣਾ ਬਿਲਕੁਲ ਹਰ ਦੂਸਰਾ ਕਾਰ ਮੈਨੂੰ ਜਾਣਦਾ ਜੀ ਹਰ ਦੂਸਰਾ ਤੀਸਰਾ ਕਾਰ ਮੈਨੂੰ ਜਾਣਦਾ ਸੂਟ ਹੈ ਜੀ ਇਹ ਨਵਾਂ ਹੈ ਇਸੇ 6 ਕਲਰ ਹਨ ਜੀ ਅੱਛਾ 6 ਕਲਰ ਹੈ ਥੱਲੇ ਹਨਰ ਹੈ ਉੱਤੇ ਜੀ ਜੈਕਟ ਹੈ ਦੁਪੱਟਾ ਵੀ ਪਾਰਸ ਜੀ ਜੀ ਇਹ ਮਾਰਕੀਟ ਦੇ ਇਸਕਾ 250 ਪਾਉਂਡ ਦਾ ਤੁਹਾਨੂੰ ਕਾਟਨ ਮਿਲਦਾ ਮੈਂ ਤੁਹਾਨੂੰ ਦੇਵਾਂਗਾ 150 ਪਾਉਂਡ ਦਾ ਸਿਰਫ 150 ਪਾਉਂਡ ਦਾ ਗਾਰੰਟੀ ਦੇ ਸਾਂ 250 ਪਾਉਂਡ ਤੁਹਾਨੂੰ ਮਾਰਕੀਟ ਵਿੱਚ ਕਾਟਨ ਮਿਲਦਾ ਬਿਲਕੁਲ ਮੈਂ ਜਿਹੜੇ ਦੁਕਾਨ ਤੇ ਕਲੋਜ਼ਿੰਗ ਡਾਊਨ ਸੇਲ ਲਾਈ ਉਹ ਥੋੜਾ ਜਿਹਾ ਮਾਲ ਮੈਂ ਸੰਡੇ ਨਾਲ ਲਿਆਇਆ ਕਰਨਾ ਜੀ ਜੀ ਦੇਖੋ ਇਹ ਕਲੋਜ਼ਿੰਗ ਡਾਊਨ ਦੀ ਟਿਕਟ ਲੱਗੀ ਹੋਈ ਹੈ ਜ਼ਬਰਦਸਤ 180 ਪਾਉਂਡ ਵਾਲਾ ਸੂਟ ਮੈਂ 100 ਰੁਪਏ ਲਾਇਆ ਹੈ ਅੱਛਾ 100 ਪਾਉਂਡ ਦਾ ਲਾਇਆ ਹੈ ਉਸ ਤੋਂ ਬਾਅਦ ਇਹ 80 ਪਾਉਂਡ ਦੀ ਰੇਂਜ ਵੀ ਹੈ ਉਸ ਤੋਂ ਬਾਅਦ 60 ਪਾਉਂਡ ਦੀ ਰੇਂਜ ਵੀ ਹੈ ਜੀ ਜ਼ਬਰਦਸਤ ਤੇ ਤਰ੍ਹਾਂ ਦੇ ਰੇਂਜ ਹਨ ਮੇਰੇ ਕੋਲ ਜੀ ਆ ਵੇਖ ਲਓ ਜੀ ਫੈਂਸੀ ਸੂਟ ਦੀ ਇਹਨਾਂ ਤੇ ਸੇਮ ਅੱਜਕੱਲ ਲੋਕੀ ਬਣਾਉਂਦੇ ਨੇ ਜੀ ਆਪਣੇ ਮੈਚਿੰਗ ਕਲਰ ਬੱਚਿਆਂ ਨਾਲ ਜੀ ਜੀ ਇਸੇ ਡਿਜ਼ਾਈਨ ਵਿੱਚ ਮੇਰੇ ਕੋਲ ਬੱਚਿਆਂ ਦਾ ਵੀ ਹੈ ਜੀ ਬੱਚਿਆਂ ਦਾ 40 ਪਾਉਂਡ ਕਲੋਜ਼ਿੰਗ ਡਾਊਨ ਸੇਲ ਆਈਏ ਤੇ 40 ਪਾਉਂਡ ਤੇ 60 ਪਾਉਂਡ ਦੋ ਤਰ੍ਹਾਂ ਦੇ ਜ਼ਬਰਦਸਤ ਵੇਖ ਲਓ ਜੀ ਬੜੀਆ ਜ਼ਬਰਦਸਤ ਆਫਰ ਲੱਗੀਆਂ ਨੇ ਸੇਮ ਇਸੇ ਦੇ ਬਲੂ ਕਲਰ ਤੁਹਾਨੂੰ ਲੇਡੀਜ਼ ਵੀ ਮੇਰੇ ਕੋਲ ਮਿਲ ਜਾਸੀ ਅੱਛਾ ਬਲੂ ਕਲਰ ਮਸਾਲਾ ਕਈ ਲੋਕ ਲੈ ਜਾਂਦੇ ਨੇ ਉਹ ਦੋ ਤਰ੍ਹਾਂ ਪੀਸ ਬੱਚਿਆਂ ਨਾਲ ਆਣੇ ਨਾਲ ਮੈਚਿੰਗ ਕਲਰ ਪਾਉਂਦੇ ਨੇ ਇਸ ਵਜ੍ਹਾ ਕਰਕੇ ਉਹਨਾਂ ਉਸ ਤਰ੍ਹਾਂ ਦਾ ਵੀ ਸੈਟ ਪੂਰਾ ਸੈਟ ਵੀ ਸਾਡੇ ਕੋਲ ਕਹਿੰਦੇ ਨੇ ਅਸੀਂ ਇਤਨੇ ਦੂਰੋਂ ਆਏ ਜੀ ਤੁਹਾਡੀ ਵੀਡੀਓ ਵੇਖ ਕੇ ਕੈਨਨ ਮਿਲਦੇ ਅੰਦਰ ਤੇ ਇਹਨਾਂ ਨਾਲ ਵੀ ਤੁਹਾਨੂੰ ਤੁਹਾਡੀ ਮੁਲਾਕਾਤ ਕਰਾਉਂਦੇ ਆਂ ਅਸਲਾਮ ਅਲੈਕਮ ਵਾਲੇਕਮ ਸਲਾਮ ਭਾਈ ਜੀ ਕੀ ਹਾਲ ਹੈ ਅਲਹਮਦੁਲਿਲਾ ਸ਼ੁਕਰ ਹੈ ਠੀਕ ਠਾਕ ਪਹਿਲੇ ਦੱਸੋ ਜੀ ਆਪਣਾ ਨਾਮ ਕੀ ਤੁਸੀਂ ਮੇਰਾ ਨਾਮ ਮੁਹੰਮਦ ਯੂਸਫ ਹੈ ਤੇ ਪੀਟਰ ਬਰਤੀ ਆ ਪੀਟਰ ਬਰਾ ਤੂੰ ਆਇਓ ਪਿੱਛੋਂ ਪਾਕਿਸਤਾਨ ਅਸੀਂ ਜੇਲਮ ਦੇ ਅੱਛਾ ਜੇਲਮ ਤੂੰ ਮਾਸ਼ਾਅੱਲਾ ਮਾਸ਼ਾਅੱਲਾ ਤੇ ਬਹੁਤ ਸ਼ੁਕਰੀਆ ਜਨਾਬ ਤੁਸੀਂ ਯੂ ਵੈਲਕਮ ਤੇ ਇਸ ਕਾਬਲ ਸਮਝਿਆ ਨਹੀਂ ਜੀ ਇਹ ਤਾਂ ਖੁਸ਼ੀ ਹੁੰਦੀ ਹੈ ਜੀ ਅਸੀਂ ਤੇ ਆਪਣੀ ਕਮਿਊਨਿਟੀ ਵਾਸਤੇ ਕੰਮ ਕਰਦੇ ਆਂ ਇੱਥੇ ਨਾ ਤੇ ਰੀਸੀ ਨਹੀਂ ਲੋਕਾਂ ਦੀ ਹੈਲਪ ਵੀ ਹੁੰਦੀ ਹੈ ਪਤਾ ਲੱਗਦਾ ਵੀ ਕਿ ਕੋਈ ਹੋਣ ਲੱਗੀ ਬਿਲਕੁਲ ਅਸੀਂ ਚਾਹੁੰਦੇ ਆਂ ਜੀ ਦੂਰੋਂ ਕੋਈ ਆਵੇ ਵੀ ਸਹੀ ਨੂੰ ਪਤਾ ਹੋਵੇ ਮਾਰਕੀਟ ਦੇ ਅੰਦਰ ਕਿਹੜੀ ਕਿਹੜੀ ਚੀਜ਼ ਮਿਲੇਗੀ ਇਹ ਵੀ ਸਹੀ ਗੱਲ ਹੈ ਕਿਉਂ ਜੀ ਜਾਂ ਅਸੀਂ ਵੀ ਅਜੇ ਤੱਕ ਆਏ ਆ ਨਾ ਹਾਂਜੀ ਤੇ ਤੋ ਉਹ ਆਵੇ ਅਗਲੇ ਦਾ ਟਾਈਮ ਹੀ ਜ਼ਾਇਆ ਨਾ ਹੋਵੇ ਉਹ ਜਿਹੜੀ ਚੀਜ਼ ਉੱਥੇ ਵੀ ਨਜ਼ਰ ਆਵੇ ਉਹ ਸਾਹਮਣੇ ਮਾਰਕੀਟ 'ਚ ਵੀ ਨਜ਼ਰ ਆਵੇ ਤੇ ਬਹੁਤ ਸ਼ੁਕਰੀਆ ਜੀ ਤੁਸੀਂ ਟਾਈਮ ਦਿੱਤਾ ਤੁਸੀਂ ਕਰੋ ਸ਼ਾਪਿੰਗ ਜ਼ਿਆਦਾ ਟਾਈਮ ਨਹੀਂ ਲਿਆਂਗੇ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲਕੇ ਤੁਹਾਡਾ ਤੇ ਅਗਰ ਕੋਈ ਆਣਾ ਚਾਹੇ ਤਾਂ ਇਹਨਾਂ ਕੋਲ ਲਾਜ਼ਮੀ ਵਿਜ਼ਿਟ ਕਰੋ ਤੇ ਚੀਜ਼ਾਂ ਬੜੀਆਂ ਜ਼ਬਰਦਸਤ ਮਿਲਣਗੀਆਂ ਕਿਉਂ ਜੀ ਕੈਨਨਵੈਲ ਮਾਰਕੀਟ 2 ਕੈਨਨਵੈਲ ਮਾਰਕੀਟ 2 ਦੇ ਅੰਦਰ ਵਧੀਆ ਜੇ ਸੂਟ ਉਹ ਵੀ ਸਸਤੇ ਕੀਮਤ ਡਿਊਰਨ ਵਿਕ 6 ਦਿਹਾੜੇ ਬਰਮਿੰਗਮ ਅਲਮਰਾਗ ਰੋਡ 190 192 ਬਿਲਕੁਲ ਮੋਸਟ ਵੈਲਕਮ ਐਨੀ ਟਾਈਮ ਬਹੁਤ ਸ਼ੁਕਰੀਆ ਜਨਾਬ ਅਸੀਂ ਤੁਹਾਡੀ ਖਿਦਮਤ ਚ ਮਾਸ਼ਾਅੱਲਾ ਇਸ ਸਾਈਡ ਤੇ ਵੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਚੀਜ਼ਾਂ ਲੱਗੀਆਂ ਨੇ ਇਹ ਦੇਖ ਲਓ ਤੇ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਹੈ ਕਿਹੜੀ ਕਿਹੜੀ ਨੇ ਭਾਈ ਹੋਰਾਂ ਕੋਲ ਹੀ ਪੁੱਛਾਂਗੇ ਅਸਲਾਮ ਅਲੈਕਮ ਵਾਲੇਕਮ ਸਲਾਮ ਕਿਵੇਂ ਆ ਅਲਹਮਦੁਲਿਲਾ ਭਾਈ ਜੀ ਤੁਸੀਂ ਸੁਣਾਓ ਕੀ ਨਾਂ ਨਾਂ ਕੀ ਭਾਈ ਆਦਿਲ ਆਦਿਲ ਤੇ ਕਿਹੜੀ ਜਗ੍ਹਾ ਤੋਂ ਪਾਕਿਸਤਾਨ ਕਸ਼ਮੀਰ ਕਸ਼ਮੀਰ ਦੇ ਇਲਾਕੇ ਤੋਂ ਤਲਕ ਰੱਖਦੇ ਆ ਤੇ ਭਾਜੀ ਕਿਹੜੀ ਕਿਹੜੀ ਚੀਜ਼ਾਂ ਰੱਖੀਆਂ ਨੇ ਬਸ ਉਹ ਚੀਜ਼ ਤੁਹਾਡੇ ਕੋਲ ਹੁੰਦੀ ਇੱਥੇ ਵੀ ਗਾਟ ਡਿਫਰੈਂਟ ਕਾਈਂਡ ਆਫ ਬਿਗ ਵੈਰਾਈਟੀ ਵੀ ਗਾਟ ਪਰਫਿਊਮਸ ਯਾ ਰੂਮ ਸਪਰੇਸ ਆਲ ਰਾਈਟ ਆਲ ਊਡ ਬੇਸਡ ਆ ਡਿਜ਼ਾਈਨਰ ਬੇਸਡ ਬਿਊਟੀਫੁਲ ਗਿਫਟ ਬੋਟਲਸ ਓਵਰ ਹੇਅਰ ਸੋ ਵੀ ਗਾਟ ਊਡ ਸੀ ਦੀਸ ਆਰ ਆਲ ਅਲਕੋਹਲ ਫ੍ਰੀ ਇਹ ਸਾਰੇ ਅਲਕੋਹਲ ਫ੍ਰੀ ਨੇ ਜਿੰਨੇ ਤੁਹਾਡੇ ਕੋਲ ਮਿਲਣਗੇ ਐਂਡ ਦੇ ਆਲ pure not diluted nothing ਤੇ ਕਿਹੜੀ ਕਿਹੜੀ ਪ੍ਰਾਈਸ ਤੋਂ ਸ਼ੁਰੂ ਹੁੰਦੇ ਨੇ ਪ੍ਰਾਈਸ ਪਾਸ 5 ਪਾਉਂਡ ਤੋਂ ਸ਼ੁਰੂ ਹੁੰਦੇ ਨੇ 5 ਪਾਉਂਡ ਤੋਂ ਲੈ ਕੇ ਜੀ ਜੀ ਔਰ ਗਿਫਟ ਪਾਉਚ ਵੀ ਮੇ ਆਤੇ ਨੇ ਅੱਛਾ ਗਿਫਟ ਵਾਲੇ ਵੀ ਆਨੇ ਤੁਹਾਡੇ ਕੋਲ ਅਗਰ ਕੋਈ ਗਿਫਟ ਦੇਣਾ ਚਾਹੇ ਤੇ ਉਹ ਵੀ ਗਿਫਟ ਪ੍ਰਾਈਸ ਕੀ ਕੀਮਤ ਹੈ ਸੇਮ ਪ੍ਰਾਈਸ ਹੈ ਜ਼ਬਰਦਸਤ ਤੇ ਇਹ ਜਿਹੜੀ ਚੀਜ਼ ਬਖੂਰ ਕਿਹੜੇ ਸਾਊਦੀ ਵਿੱਚ ਤੇ ਦੁਬਈ ਵਿੱਚ ਇਸਤੇਮਾਲ ਕਰਦੇ ਨੇ ਜੀ ਜੀ ਕਿਹੜਾ ਕੋਇਲਾ ਜਲਾਈ ਤੇ ਬਖੂਰ ਉੱਪਰ ਡਾਲੋ
कोयला नहीं चाहिए, बस चार्ज करना पड़ेगा जी जी, फिर बटन दबा आप वो चलाई जाए। एक कीमत की है थी? ये 40 pounds 40 pounds का जी, जबरदस्त है। 35 ये सब बखूर जी जी, 6 pounds शुरू होते हैं, 6-15 pounds ते ए केड़ी चीजा पई है जनाब? ये भी बखूर, बखूर पे माशाल्लाह जबरदस्त चीजा पई है ने। एदी की कीमत है? ये 25 स्प्रे आप पांच 5 pounds की स्प्रे में लगी ने। ते तुहाडे कोई वेबसाइट भी है या सोशल मीडिया? सोशल मीडिया आ वेख लो जी, सोशल मीडिया ते तुसी जाओ ते तुसी ऑर्डर कर सकदे हो उत्थों ही। ते बहुत शुक्रिया जनाब, वेख लो चीजा पाई उन्होंने को बहुत ही जबरदस्त ने, हर एक चीज तुहानू इत्थे मिल जाएगी। ਆ ਦੇਖ ਲੋ ਨਾ ਜੀ ਕਿਹੜੇ ਜ਼ਬਰਦਸਤ। ਇਹਦੀ ਕੀ ਕੀਮਤ ਹੈ ਜਣੀ? ਇਹ ਵੀ 25 pounds। ਆ ਦੇਖ ਲੋ ਇਸ ਸਾਈਡ ਤੇ ਮਾਸ਼ਾਅੱਲਾ ਜ਼ਬਰਦਸਤ ਇਹ ਚੀਜ਼ਾਂ ਲੱਗੀਆਂ ਨੇ, ਜ਼ਬਰਦਸਤ ਇਹ ਸੂਟ ਲੱਗੇ ਨੇ ਇਸ ਸਾਈਡ ਤੇ ਵੀ। ਆ ਦੇਖ ਲੋ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਇੱਥੇ ਕੈਨਲ ਮਿਲ ਚ ਨਾ ਮਿਲੇ। ਭਾਈ ਹੋਰ ਕਹਿ ਰਹੇ ਸਸਤੀ ਪ੍ਰਾਈਸ, ਇਹਨਾਂ ਕੋਲ ਹੀ ਪੁੱਛਾਂਗੇ। ਅਸਲਾਮ ਅਲੈਕਮ। ਵਾਲੇਕਮ ਸਲਾਮ ਜੀ। ਭਾਈ ਜੀ ਕੀ ਹਾਲ ਹੈ? ਸ਼ੁਕਰ ਠੀਕ ਠਾਕ ਹੋ। ਭਾਈ ਜੀ ਕੀ ਨਾਂ ਤੁਹਾਡਾ? ਅਫਸਰ ਖਾਨ। ਅਫਸਰ ਖਾਨ ਤੇ ਪਾਕਿਸਤਾਨ ਕਿਹੜੀ ਜਗ੍ਹਾ ਤੋਂ? ਪਾਕਿਸਤਾਨ ਅਟਕ ਤੋਂ। ਅਟਕ ਤੋਂ? ਵੇਖ ਲਓ ਜੀ ਅਟਕ ਵਾਲੇ ਬੰਦੇ ਮੇਰੀ ਵੀਡੀਓ 'ਚ ਕਾਫੀ ਨੇ। ਤੇ ਭਾਈ ਜੀ ਇਹ ਆਪਣਾ ਇੱਥੇ ਕੈਨਲ ਮਿਲ 'ਚ ਹੀ ਲਾਉਂਦੇ ਹੋ ਜਾਂ ਕਿਧਰੇ ਦੁਕਾਨ ਵੀ ਹੈ ਤੁਹਾਡੀ? ਨਹੀਂ ਮਾਰਕੀਟ ਹੀ ਲਾਉਣਾ, ਡਿਊਸਪਰੀ ਵੀ ਲਾਉਣਾ 2 ਦਿਨ। ਅੱਛਾ ਜੀ, ਦਿਨ ਇੱਥੇ ਲਾਉਣਾ। ਤੇ ਅੱਜ ਕਿਹੜੀ ਕਿਹੜੀ ਸਸਤੀਆਂ ਚੀਜ਼ਾਂ ਰੱਖੀਆਂ ਨੇ ਜਨਾਬ? ਸਾਰੀ ਸੇਲ ਲੱਗੀ ਜੀ, ਤੱਕ ਉਹ ਵੈਡਿੰਗ ਲਹਿੰਗਾ ਜੀ ਜੀ। ਅੱਛਾ ਇਹ ਵੈਡਿੰਗ ਲਹਿੰਗਾ ਕਿੰਨੇ ਦਾ ਲਾਇਆ ਜੀ? 120 ਪਾਉਂਡ ਸਿਰਫ। ਇਹ ਵੇਖ ਲਓ ਜੀ ਕਿੰਨਾ ਖੂਬਸੂਰਤ ਲਹਿੰਗਾ, ਸਿਰਫ 120 ਪਾਉਂਡ ਦਾ। 120 ਬੜਾ ਸਸਤਾ ਲਾਇਆ ਜਨਾਬ। ਤੇ ਦੁਕਾਨ ਪਾਈ ਉਹਨਾਂ ਦੀ ਵਧੀਆ, ਹਰ ਇੱਕ ਸੂਟ ਤੁਹਾਨੂੰ ਮਿਲੇਗਾ ਇੱਥੇ ਵੀ। ਲਹਿੰਗਾ ਤਾਂ ਕੋਈ ਜੀ ਜੀ ਸਿਰਫ 45 ਪਾਉਂਡ। ਸਿਰਫ 45 ਪਾਉਂਡ ਦਾ? ਇਹ ਵੇਖੋ ਜੀ ਕਢਾਈ ਕਿੰਨੀ। ਇਹ ਪ੍ਰਾਈਸ ਹੈ ਕਿ ਪਾਕਿਸਤਾਨ ਤੋਂ ਵੀ ਨਾ ਲੱਗ ਸੀ। ਮਾਸ਼ਾਅੱਲਾ ਤੁਹਾਡੀ ਚੀਜ਼ਾਂ ਬੜੀਆਂ ਜ਼ਬਰਦਸਤ ਨੇ, ਵੇਖ ਲਓ ਕਿੰਨੇ ਜ਼ਬਰਦਸਤ ਸੂਟ ਲੱਗੇ ਨੇ ਇੱਥੇ। ਤੇ ਇਹ ਜਿਹੜਾ ਸੂਟ ਹੈ ਜਨਾਬ, ਇਹਦੀ ਕੀ ਕੀਮਤ ਹੈ? ਇਹ 65 ਪਾਉਂਡ ਦਾ। ਸਿਰਫ 65? ਹਾਂ ਜੀ। ਇਹ ਤਾਂ ਕੋ 15 ਪਾਉਂਡ ਦਾ ਸੂਟ। ਅੱਛਾ 15-15 ਪਾਉਂਡ ਦੇ ਵੀ ਆ ਨੇ ਤੁਹਾਡੇ ਕੋਲ? ਹਾਂ ਜੀ। ਇਹ ਵੇਖ ਲਓ ਜੀ ਜ਼ਬਰਦਸਤ ਇਹ ਚੀਜ਼ਾਂ, ਤੇ ਕੀ ਬਾਤ ਹੈ ਜੀ, ਸੂਟ ਤੁਹਾਨੂੰ ਰੰਗ ਪਰੰਗੇ ਮਿਲਣਗੇ, ਹਰ ਇੱਕ ਕੀਮਤ ਦਾ ਮਿਲ ਜਾਏਗਾ ਇੱਥੇ। ਇਹ ਵੇਖ ਲਓ, ਇੱਧਰ ਵੀ ਵੇਖ ਲਓ ਕਿੰਨੇ ਜ਼ਬਰਦਸਤ ਸੂਟ ਲੱਗੇ ਨੇ ਮਿਲੇਗੀ। ਤੇ ਬਹੁਤ ਸ਼ੁਕਰੀਆ ਭਾਈ ਜਾਨ ਤੁਹਾਡੇ ਟਾਈਮ ਦੇਣ ਦਾ ਜਨਾਬ। ਓਕੇ, ਅੱਲਾ ਹਾਫਿਜ਼। ਤੇ ਇਸ ਸਾਈਡ ਤੇ ਚੱਲਦੇ ਆ, ਤੁਹਾਨੂੰ ਇਸਲਾਮਿਕ ਚੀਜ਼ਾਂ ਮਿਲਣਗੀਆਂ ਇਸ ਸਾਈਡ ਤੇ ਵੀ ਮਾਸ਼ਾਅੱਲਾ ਜ਼ਬਰਦਸਤ ਜੀ, ਵੇਖ ਲਓ। ਇਹ ਦੇਖ ਲਓ ਜੀ, ਕੋਈ ਐਸੀ ਚੀਜ਼ ਨਹੀਂ ਜਨਾਬ ਤੁਹਾਨੂੰ ਇੱਥੇ ਨਾ ਮਿਲੇ। ਤੇ ਭਾਈ ਹੋਰਾਂ ਕੋਲ ਪੁੱਛਾਂਗੇ ਜਨਾਬ। ਅਸਲਾਮ ਅਲੈਕਮ। ਵਾਲੇਕਮ ਅਸਲਾਮ ਜੀ, ਕੀ ਹਾਲ ਹੈ ਭਾਈ ਜਾਨ ਜੀ? ਅੱਲਾ ਦਾ ਸ਼ੁਕਰ, ਤੁਸੀਂ ਸੌਂ ਖਰੀ? ਅਲਹਮਦੁਲਿਲਾ ਜਨਾਬ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜ਼ਬਰਦਸਤ। ਤੇ ਭਾਈ ਜੀ ਪਹਿਲੇ ਦੱਸੋ ਜੀ, ਨਾਂ ਕੀ ਤੁਹਾਡਾ ਜਨਾਬ? ਮੇਰਾ ਨਾਂ ਹਬੀਬ ਹੈ ਜੀ। ਹਬੀਬ ਜੀ ਜੀ। ਤੇ ਪਾਕਿਸਤਾਨ ਜਨਾਬ ਕਿਹੜੀ ਹੈ? ਪਾਕਿਸਤਾਨ ਰਾਵਲਪਿੰਡੀ। ਰਾਵਲਪਿੰਡੀ? ਹਾਂ ਜੀ, ਗੱਲ ਹੋਈ ਜੀ ਪਿੰਡੀ 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 ਹੈ ਨਾ। ਤੇ ਭਾਈ ਜੀ ਮਾਸ਼ਾਅੱਲਾ ਕਿਹੜੀ ਕਿਹੜੀ ਚੀਜ਼ਾਂ ਜਨਾਬ ਤੁਸੀਂ ਰੱਖੀਆਂ ਨੇ? ਯਾਰ ਤੁਸੀਂ ਜਰਾ ਫਿਰੋ ਨਾ ਅੰਦਰ ਜੀ ਜੀ, ਇਧਰੋਂ ਫਿਰੋ, ਇਧਰੋਂ ਦੱਸੋ ਇਹਨਾਂ ਲੋਕਾਂ ਨੂੰ। ਇਹ ਦੇਖੋ ਜੀ, ਇਹ ਵੇਖ ਲਓ ਮਾਸ਼ਾਅੱਲਾ, ਅਸੀਂ ਫਰੇਮ ਬਣਾਉਂਦੇ ਆ, ਅਗਰ ਫਰੇਮ ਤੁਹਾਨੂੰ ਬਣਵਾਣੇ ਵੀ ਹੋਵਣ ਤੇ ਅਸੀਂ ਉਹ ਮੇਕ ਕਰਦੇ ਆ। ਅੱਛਾ, ਫਰੇਮ ਵੀ ਬਣਾ ਕੇ ਦੇ ਦਿੰਦੇ ਹੋ? ਇਸਲਾਮਿਕ ਹਰ ਤਰ੍ਹਾਂ ਦੇ। ਅੱਛਾ, ਇਹ ਜਿਹੜੇ ਲੱਗੇ ਨੇ ਜਨਾਬ, ਕੀ ਕੀਮਤ ਦੇ ਜਨਾਬ ਕੋ ਪਤਾ ਲੱਗੇ ਨਾ? ਇਹ ਸਰ 35 ਪਾਉਂਡ ਦਾ ਨੇ, ਗਿਫਟ ਆਈਟਮ। ਗਿਫਟ ਆਈਟਮ ਤੁਹਾਡੇ ਕੋਲੇ 35 ਪਾਉਂਡ ਦਾ? ਤੇ ਇਹ ਵੱਡੇ ਵਾਲਾ? ਇਹ ਵੀ 35 ਦਾ ਨੇ। ਇਹ ਵੇਖ ਲਓ ਜੀ ਮਾਸ਼ਾਅੱਲਾ ਭਾਈ, ਉਹਨਾਂ ਕੋ ਚੀਜ਼ਾਂ ਕਾਫੀ ਜ਼ਬਰਦਸਤ ਨੇ। ਤੇ ਕੋਈ ਐਸੀ ਚੀਜ਼ ਨਹੀਂ ਜਿਹੜੀ ਇਸਲਾਮਿਕ ਇੱਥੇ ਨਾ ਮਿਲੇ। ਇਹ ਵੇਖ ਲਓ, ਫਰੇਮਾਂ ਦੇਖੋ ਇਹਨਾਂ ਨੂੰ। ਚਲੋ ਚੱਲਦੇ ਆ ਜੀ, ਤੇ ਵਿਖਾਉਂਦੇ ਆ ਅਸੀਂ। ਅੰਦਰ ਆ ਜਾਓ, ਅੰਦਰ ਆ। ਆਫਰ ਲਾਈ ਹੈ ਜਨਾਬ? ਤੁਹਾਨੂੰ ਦੱਸਦੇ ਪੈਸੇ ਆ ਜੀ ਕਿ ਸਾਡੇ ਕੋਲ ਕੁਰਾਨ ਪਾਕ ਦੀਆਂ ਰੇਲਾਂ ਨੇ ਜੀ ਜੀ, ਠੀਕ ਹੈ ਜੀ। ਇਹ ਫਰੇਮ ਨੇ ਸਾਡੇ ਕੋਲ, ਸਾਡੇ ਆਪਣੇ ਬਣੇ। ਇਹ ਤੁਹਾਡੇ ਆਪਣੇ ਬਣੇ ਨੇ ਸਾਰੇ ਜੀ? ਇੱਥੇ ਯੂਕੇ ਮੇਡ ਨੇ। 2 10 ਪਾਉਂਡ ਦੇ ਫਰੇਮ ਨੇ। 2 ਲਿਓ ਤੇ 10 ਪਾਉਂਡ ਦੇ ਮਿਲਣਗੇ ਜੀ। ਇਸ ਦੇ ਵਿੱਚ ਹੈ ਅੱਲਾ ਮੁਹੰਮਦ ਨੇ ਜੀ ਜੀ, ਆਇਤੁਲ ਕੁਰਸੀ ਨੇ, 4 ਕੁਲ ਨੇ, ਠੀਕ ਹੈ ਜੀ, ਲੋਹੇ ਕੁਰਾਨੀ ਨੇ ਜੀ, ਫਿਰ ਤੁਰਕੀ ਸਟਾਈਲ ਦੇ ਫਰੇਮ ਨੇ ਸਾਡੇ ਕੋਲ। ਅੱਛਾ, ਇਹ ਫਰੇਮ ਤੇ ਆ ਰੇਲਾਂ ਦੀ ਕੀ ਕੀਮਤ ਹੈ ਜਨਾਬ? ਰੇਲ ਹੈ 7 ਪਾਉਂਡ ਦੀ ਨੇ ਜੀ। ਅੱਛਾ, 7 ਪਾਉਂਡ ਦੀ ਹਾਂ ਜੀ। ਤੇ ਮਸਲ ਜਾਨਵਾਸ 7 ਪਾਉਂਡ ਦੀ ਨੇ ਜੀ। ਅੱਛਾ, 7 ਪਾਉਂਡ ਦੀ ਹੈ? ਹਾਂ ਜੀ, ਜ਼ਬਰਦਸਤ ਜੀ। ਮੋਟੀ ਤੇ ਤਸਬੀਆਂ ਸਾਡੇ ਕੋਲ ਰੰਗ ਬਰੰਗੀ ਨੇ। ਆ ਵੇਖ ਲਓ ਭਾਈ, ਉਹਨਾਂ ਕੋਲ ਤਸਬੀਆਂ ਵੀ ਬੜੀਆਂ ਜ਼ਬਰਦਸਤ ਨੇ ਮਾਸ਼ਾਅੱਲਾ ਜੀ। ਤੇ ਆ ਵੇਖ ਲਓ ਕਿੰਨੇ ਜ਼ਬਰਦਸਤ ਮਾਸ਼ਾਅੱਲਾ। ਇਹ ਦੇਖ ਲਓ ਜੀ, ਦੇਖੋ ਜੀ ਮਾਸ਼ਾਅੱਲਾ ਦੇ ਫਰੇਮ, ਮਾਸ਼ਾਅੱਲਾ ਬਿਲਕੁਲ। ਇਹ ਵੇਖ ਲਓ ਜ਼ਬਰਦਸਤ, ਪੂਰੇ ਇਸਲਾਮਿਕ ਸਿਸਟਮ ਤੁਹਾਨੂੰ ਮਿਲੇਗਾ, ਹਰ ਇੱਕ ਚੀਜ਼ ਭਾਈ ਉਹਨਾਂ ਰੱਖੀ ਹੈ।
ਇਹ ਦੇਖ ਲਓ ਸਾਡੇ ਕੋਲ ਹੋਲਸੇਲ ਪ੍ਰਾਈਸ ਆ ਹੋਲਸੇਲ ਪ੍ਰਾਈਸ ਦਿੰਦੇ ਹੋ ਹੋਲਸੇਲ ਗੱਲ ਹੈ ਨਾ ਇਹ ਦੇਖ ਲਓ ਮਾਸ਼ਾਅੱਲਾ ਜੀ ਸ਼ਾਦੀਆਂ ਵਾਸਤੇ ਤਸਵੀਰਾਂ ਲੈ ਕੇ ਜਾਂਦੇ ਨੇ ਠੀਕ ਹੈ ਜੀ ਕ੍ਰਿਸਟਲ ਦੀ ਅੱਛਾ ਕ੍ਰਿਸਟਲ ਦੀਆਂ ਤਸਵੀਰਾਂ ਤੁਹਾਡੇ ਕੋਲ ਕਲੀਅਰ ਆ ਲਓ ਜੀ 2-5 ਪੌਂਡ ਦੀਆਂ ਤਸਵੀਰਾਂ 2-5 ਤਸਵੀਰਾਂ ਲਿਓ ਸਿਰਫ 5 ਪੌਂਡ ਦੀਆਂ ਭਾਈ ਗਿਫਟ ਆਈਟਮ ਨੇ ਅੱਛਾ ਇਹ ਗਿਫਟ ਆਈਟਮ ਨੇ ਠੀਕ ਹੈ ਜੀ ਇਹ ਨੇ ਇਹ ਵੇਖੋ ਜੀ ਮਿਲਾਦ ਦੀਆਂ ਕੋਈ ਚੀਜ਼ ਚਾਹੀਦੀ ਉਹ ਸਾਡੇ ਕੋਲ ਅਵੇਲੇਬਲ ਹੈ ਇਹ ਦੇਖ ਲਓ ਜੀ ਹੈਂਡ ਪੇਂਟਿੰਗ ਨੇ ਆਇਲ ਪੇਂਟਿੰਗ ਨੇ ਜ਼ਬਰਦਸਤ ਮਾ ਬਹੁਤ ਕੁਝ ਨੇ ਸਾਡੇ ਕੋਲ हर एक चीज माशाल्लाह इत्थे मिलेगी जी परली साइड ते की रखया जी ना इस्लामिक जी अच्छा इस्लामिक किधर हेलो जी असली टोपियां जड़ियां ना जी 1 पाउंड दी ते 6-5 पाउंड दी अच्छा तुर्की स्टाइल दी टोपियां 6 टोपियां लो किसी कलर दी 5 पाउंड दी 6 टोपियां 5 पाउंड दी जी देख लो जी जबरदस्त ऑफर लगी जे जबरदस्त अच्छा चलो जी वखो फिर नलकियां लैनियां कोई ऐसी चीज नहीं जड़ी ना मिले इस दुकान तो असि अगे खुद भाई होरां कोल ही पुछांगे जाके चलो जी असि अंदर आ गए भाई होरां दसणे भाई होरां माशाल्लाह दुकान बड़ी भरी हुई लगती है इत्थे अस्सलाम वालेकुम जी वालेकुम सलाम भाई जी की हाल है जी अल्लाह ने शुक्र अल्लाह ने करम है ठीक ठाक हो तो पहले दसो भाई जी अपना नाम है की जनाब मेरा नाम राजा वाजिद है राजा वाजिद ते पाकिस्तान मीरपुर मीरपुर केड़ी जगह F1 F1 तूने भाई और ते माशाल्लाह भाई जी दुकान अंदर केड़े-केड़े आइटम रखे ने तुसी हर आइटम रखे है और लेस रखी है हर एक लेस और एक लेस कोई स्पेशल ऑफर भी ला के रखी है ने के जी हां नलकियां पौंडा ने 3 जिब्बा पौंडा ने 5 जी 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 ए लेस है अच्छा 1 पाउंड यार्ड 1 पाउंड यार्ड है गोटा 50 पेंस यार्ड अच्छा 50 पेंस यार्ड है लेस है 2 पाउंड टू 1 पाउंड यार्ड गल है ना देख लो कितनी सस्तियां सस्तियां भाई और लाइया ने और की चाहिए है देख लो है लेस है 75 पी यार्ड 75 पी यार्ड ते जड़े पीछे आइटम लगे ने जनाब ये कोई पाउंड यार्ड है कोई 1.5 पाउंड यार्ड है कोई 2 पाउंड यार्ड है अच्छा आइटम जितने आइटम लगे ने जी जी पाउंड ना 3 यार्ड पाउंड दा 3 यार्ड जितने आइटम लगे वाह जी वाह क्या बात है जी माशाल्लाह दुकान फुल भरी है देख लो जबरदस्त एंड डटकना है ना पूरे ब्रेड फोर्च कोई नहीं दे सकना 2 पाउंड सिर्फ 2 पाउंड दा सिर्फ 2 पाउंड नो 4 पाउंड 2 पाउंड सिर्फ 2 पाउंड ए सिर्फ पाउंड ना पाउंड पाउंड बहुत जबरदस्त देख लो जी दुकान दे अंदर चीजा स्पेशल ऑफर स्पेशल ऑफर 3 पाउंड ना पैकेट से पाउंड नहीं 3 यार गल होए ने जनाब जबरदस्त दुकान इतनी ज्यादा जनाब देख लो जड़ियां चीजा पेया जनाब है दिखाओ जी दिखाओ जड़ियां चीजा है ने तुम्हारे को ए 4 पाउंड ना रोल द पाउंड नहीं 3 यार गल है ना जी कितनी जबरदस्त दुकान भरी हुई है इत्थे नजर मारोगे जी माल वधिया मिलेगा इत्थे हर एक चीज भाई उन्हें रखी है इत्थे माशाल्लाह ऐ तो कोई ना कोई भी लेस है पाउंड यार्ड पाउंड यार्ड गल है ना ऐसी लेस 2 पाउंड यार्ड नो 3 पाउंड गल है ना जी पाउंड यार्ड पाउंड यार्ड आजकल की लगदा जी ना पाउंड दा तुसी ते माशाल्लाह बहुत लगियां सारीयां 75 पी यार्ड स्पेशल ऑफर स्पेशल ऑफर 75 पी है जो कहां ते मिलन गया जबरदस्त सी चीजा तुसी लाजमी विजिट करो वालेकुम भाई जी अंदर ले जाओ वालेकुम सलाम भाई जी तुसी केड़ी शाल लाई है इधर नाले एरिया पूछो ना केड़े एरिया ने एरिया है तकर खुला कपड़ा लाया पे ने बेशुमार खुला कपड़ा एक पटन आया देख लो जी भाई और खुला कपड़ा ते भाई जी नाम की तुम्हारा टेबल प्लास्टिक को साइड ते अच्छा टेबल प्लास्टिक भी है ने ते पहले दसो नाम की जनाब आसिफ से पाकिस्तान कलर सहीदा देख लो जी आज नवे तो नवे बंदे मेरे रहने कलर सहीदा माशाल्लाह ते ओ साइड ते तुसी की कह रहे सी प्लास्टिक भी है टेबल प्लास्टिक है ने सारा लगा हुआ ते ओ किथे किस तरह यार है 3 पाउंड मीटर 3 पाउंड मीटर देंदे हो चलो जी बखांदे हो साइड ते इधर ही चले चलो हां जी चेक कराओ ने जी बखाओ ने जी कोई आंजे जरा बखाओ ना चेक कराओ जी 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 नहीं नहीं डिजाइन अच्छा ये नया डिजाइन है बिल्कुल नया जी ਇਹ ਕਿਸ ਵਾਸਤੇ ਹੁੰਦਾ ਜਨਾਬ ਟੇਬਲ ਵਾਸਤੇ ਸਰ ਅੱਛਾ ਇਹ ਟੇਬਲ ਵਾਸਤੇ ਸਾਰੇ ਟੇਬਲ ਵਾਸਤੇ ਜ਼ਬਰਦਸਤ ਹੋ ਗਿਆ ਤੇ 3 ਪਾਉਂਡ ਦਾ ਲਾਇਆ ਜੇ ਯਾਰ ਮੀਟਰ 3 ਪਾਉਂਡ ਦਾ ਮੀਟਰ ਲਾਇਆ ਵੇਖ ਲਓ ਭਾਈਓ ਦਾ ਡਿਜ਼ਾਈਨ ਬੜੇ ਜ਼ਬਰਦਸਤ ਨੇ ਕੋਈ ਨਵੇਂ ਡਿਜ਼ਾਈਨ ਵੀ ਆਏ ਨੇ ਔਰ ਬੇਸ਼ੁਮਾਰ ਸਰ ਜੀ ਸਾਰੇ ਨਵੇਂ ਅੱਛਾ ਸਭ ਨਵੇਂ ਡਿਜ਼ਾਈਨ ਨੇ ਆ ਵੇਖ ਲਓ ਜੀ ਡਿਜ਼ਾਈਨ ਮਿਲਣਗੇ ਵਧੀਆ ਜੇ ਨਵੇਂ ਤੋਂ ਨਵਾਂ ਡਿਜ਼ਾਈਨ ਤੁਹਾਨੂੰ ਇੱਥੇ ਮਿਲੇਗਾ ਤੇ ਲਾਜ਼ਮੀ ਚੱਕਰ ਲਾਓ ਤੁਸੀਂ
ਵੀਰੋ 3 ਪਾਉਂਡ ਦਾ ਮੀਟਰ ਤੁਹਾਨੂੰ ਦੇਣਗੇ ਜ਼ਬਰਦਸਤ ਇਹ ਵੇਖ ਲਓ ਜੀ ਇਹ ਜ਼ਰਾ ਇੱਕ ਵਿਖਾਓ ਜਨਾਬ ਹੈ ਚਮਕੀਲਾ ਜਿਹਾ ਇਹ ਦੇਖ ਲਓ ਇਹ ਕਿਸ ਤਰ੍ਹਾਂ ਜਨਾਬ 250 ਦਾ ਮੀਟਰ ਹੈ ਮਾਸ਼ਾਅੱਲਾ ਹਰ ਇੱਕ ਚੀਜ਼ ਇੱਥੇ ਹਲਾਲ ਮਿਲਦੀ ਭਾਈ ਹੋਰਾਂ ਕੋਲ ਪੁੱਛਾਂਗੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵਰਹਮਤੁਲਾ ਕੀ ਹਾਲ ਹੈ ਭਾਈ ਜਾਨ ਅਲਹਮਦੁਲਿਲਾ ਆਪ ਠੀਕ ਠਾਕ ਹੋ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਇਲਿਆਸ ਹੈ ਇਲਿਆਸ ਤੋਂ ਕਹਾਂ ਸੇ ਆਪ ਜਨਾ ਡਿਊਜ਼ਬਰੀ ਡਿਊਜ਼ਬਰੀ ਪੀਛੇ ਇੰਡੀਆ ਇੰਡੀਆ ਸੇ ਹੈ ਮਾਸ਼ਾਅੱਲਾ ਇੰਡੀਆ ਕਿਸ ਜਗ੍ਹਾ ਸੇ ਇੰਡੀਆ ਗੁਜਰਾਤ ਗੁਜਰਾਤ ਸੇ ਹੈ ਤੋ ਮਾਸ਼ਾਅੱਲਾ ਆਪ ਕਿਤਨਾ ਅਰਸਾ ਹੋਆ ਇਹ ਸਟਾਲ ਲਗਾਤੇ ਹੋ ਅਲਹਮਦੁਲਿਲਾ 16 ईयर्स हो गए यहाँ पर 16 ईयर्स 16 ईयर्स तो दुकान भी है आपकी या इधर ही लगाते हैं नहीं मार्केट में स्टॉल ही लगाते हैं मार्केट में ऑल हलाल स्वीट से अच्छा स्वीट जोन HMC सो प्योर हलाल मिलेंगे यदा मतलब है ते गारंटी ना मिलेंगे HMC वह देख लो मैं चेक कराना जी माशाल्लाह तुसी लाओ इत्थे चक्कर ते रश इत्थे काफी ज्यादा होंदा है जितनी तुसी स्वीटा नजर आ रही ने सारिया हलाल ने माशाल्लाह देख रहे हो जितनी इतने स्वीटा पईया ने माशाल्लाह भाई और सब हलाल होनी ने देख लो जी माशाल्लाह एक बार डाल दूं तो इतने जिस टाइम ही तुसी आओगे रश बड़ा होता है इतने ते बच्चे जिस टाइम ही आने ने पहले स्वीटा ते ही आने ने पहले स्वीट के वास्ते वो कहते हैं पहले स्वीट लेके दो फिर शॉपिंग करो वरना शॉपिंग नहीं करने देते ते बड़ा फायदा हो जाता माशाल्लाह वैरायटी वो भी हलाल ਬਹੁਤ ਮਾਸ਼ਾਅੱਲਾ ਇਸ ਦੁਕਾਨ ਤੇ ਵੀ ਆਏ ਜਿਊਲਰੀ ਨਾਲ ਕੋਈ ਬੜੀ ਵਧੀਆ ਹੁੰਦੀ ਹੈ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਜੀ ਖੈਰੀ ਆਇਆ ਹੋ ਮਾਸ਼ਾਅੱਲਾ ਆਇਆ ਦੇਖੋ ਲੈ ਤੇ ਕੀ ਰੱਖਿਆ ਤੁਸੀਂ ਇੱਥੇ ਅਸਾਂ ਮੈਂ ਆ ਹਾਂ ਸਾਰੀ ਜਿਊਲਰੀ ਰੱਖੀ ਜੀ 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 ਜਿਊਲਰੀ ਵਿੱਚ ਹਰ ਚੀਜ਼ ਤੁਹਾਨੂੰ ਮਿਲੇ ਜਾਸੀ ਇਨਸ਼ਾਅੱਲਾ ਤੇ ਮੈਂ ਬ੍ਰਾਈਡਲ ਤੇ ਕਿਨ ਕੇ ਜੀ ਜੀ ਤੇ ਛੋਟੀ ਚੀਜ਼ ਜਿਹੜੀ ਨਾ ਇੱਕ ਦੋ ਫੋਨ ਸਾਰੇ ਮਤਲਬ ਸਾਰੀ ਜਿਊਲਰੀ ਨਹੀਂ ਸਾਰੀ ਚੀਜ਼ ਕੋਈ ਐਸੀ ਵੈਰਾਈਟੀ ਨਹੀਂ ਜਿਹੜੀ ਤੁਹਾਡੇ ਕੋਲ ਨਾ ਹੋਵੇ ਮੈਂ ਆ ਹਾਂ ਅਸੀਂ ਤਾਂ ਸਾਰਾ ਆਪਣੇ ਤੋਂ ਸਾਰਾ ਕੁਝ ਰੱਖਿਆ ਬਿਲਕੁਲ ਹੈ ਨਹੀਂ ਨਹੀਂ ਮਾਸ਼ਾਅੱਲਾ डिजाइन काफी अच्छे लगे ने बहुत ही जबरदस्त डिजाइन है माशाल्लाह ऐ देख लो जी कोई ऐसा डिजाइन नहीं जेड़ा तुहानू इत्थे ना मिलेगा कीमत भी मुनासिब होगी ठीक है जनाब ठीक है जी तो इंशाल्लाह मैं तो कहांगा जी लाजमी मार्केट 2 दे अंदर चक्कर लो ते भाई ना विजिट लाजमी करो ठीक है आले जी शादियां ने सीजन आना पे माशाल्लाह ते लुक आफ्टर भी करनगे ਤੁਹਾਡਾ ਨਾਮ ਲੈ ਸੰਗਤ ਆ ਦੇਸੀ ਜੱਟ ਦਾ ਨਾਮ ਲਿਓਗੇ ਤੇ ਤੁਹਾਨੂੰ ਲੁਕ ਆਫਟਰ ਵੀ ਹੋਏਗੀ ਜ਼ਬਰਦਸਤ ਜੀ ਇਨਸ਼ਾਅੱਲਾ ਬਹੁਤ ਸ਼ੁਕਰੀਆ ਜਨਾਬ ਠੀਕ ਹੈ ਜੀ ਓਕੇ ਅੱਲਾ ਦੇਖ ਲਓ ਜੀ ਮਾਸ਼ਾਅੱਲਾ ਇਸ ਸਾਈਡ ਤੇ ਵੀ ਭਾਈ ਹੋਰਾਂ ਕੋਲ ਕੱਪੜੇ ਬੜੇ ਜ਼ਬਰਦਸਤ ਲੱਗੇ ਨੇ ਇਹ ਦੇਖ ਲਓ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ ਮਾਰਕੀਟ 2 ਦੇ ਅੰਦਰ ਉਹ ਵੀ ਕੈਨਲ ਮਿਲ ਤੁਸੀਂ ਲਾਓਗੇ ਚੱਕਰ ਨਾ ਤੇ ਜ਼ਬਰਦਸਤ ਹੀ ਮਾਸ਼ਾਅੱਲਾ ਭਾਈ ਹੋਰਾਂ ਦਾ ਕੰਮ ਕਾਫੀ ਬਿਜ਼ੀ ਹੈ ਜ਼ਬਰਦਸਤ ਜੇ ਇੱਥੇ ਲੱਗਾ ਅਸਲਾਮ ਅਲੈਕੁਮ अपनी दुकान अंदर अच्छा वेलवेट अच्छा जी जबरदस्त भाई को दुकान बहुत ही जबरदस्त स्काफ लगे ने देख लो जबरदस्त जी स्पेशल ऑफर भी लगे ने 5 for 10 pound
ਕਿੰਨਾ ਜ਼ਬਰਦਸਤ ਮਾਸ਼ਾਅੱਲਾ ਜੀ ਤੁਸੀਂ ਲਾਓ ਮਾਰਕੀਟ 2 ਦਾ ਚੱਕਰ ਤੇ ਚੀਜ਼ਾਂ ਮਿਲਣਗੀਆਂ ਵਧੀਆ ਜੀਆਂ ਇਹ ਦੇਖ ਲਓ ਸਪੈਸ਼ਲ ਆਫਰ ਤੁਹਾਨੂੰ ਮਿਲੇਗੀ ਤੇ ਚੀਜ਼ਾਂ ਵੀ ਬਹੁਤ ਹੀ ਵਧੀਆ ਮਿਲਣਗੀਆਂ ਇੱਥੇ ਤੇ ਭਾਈ ਉਹਨਾਂ ਛੋਟਾ ਜਿਹਾ ਸਟਾਲ ਲਾਇਆ ਇੱਥੇ ਇਹ ਦੇਖ ਲਓ ਕਿਆ ਗੱਲ ਹੈ ਜਨਾਬ ਇਹ ਦੇਖ ਲਓ ਜੀ ਵਰਾਇਟੀ ਤੇ ਕਲਰ ਮਾਸ਼ਾਅੱਲਾ ਬੜੇ ਖੂਬਸੂਰਤ ਨੇ ਮਾਸ਼ਾਅੱਲਾ ਇਸ ਸਾਈਡ ਤੇ ਵੀ ਭਾਈ ਹੋਰ ਕੋਈ ਚੀਜ਼ਾਂ ਵੇਚ ਰਹੇ ਨੇ ਜ਼ਬਰਦਸਤ ਜੀਆਂ ਅਸਲਾਮ ਅਲੈਕਮ ਅਸਲਾਮ ਭਾਈ ਜੀ ਕੀ ਹਾਲ ਹੈ ਠੀਕ ਹੈ ਤੇ ਕਿਹੜੀ ਚੀਜ਼ਾਂ ਵੇਚ ਰਹੇ ਨੇ ਜਨਾਬ ਮੇਰੇ ਪਾਸ ਥੋੜੇ ਅਬਾਇਆ ਹੈ ਜੀ ਜੀ ਯਾਰ ਡਿਫਰੈਂਟ ਕੁਆਲਿਟੀਜ਼ ਜੀ ਡਿਫਰੈਂਟ ਇੰਗਲਿਸ਼ ਜੈਸੇ ਥੋੜੇ ਇਹ ਕੀਮਤ ਕੀ ਜੈ ਇਹਨਾਂ ਦੀ ਥੀਸ ਆ 30 ਪਾਉਂਡ 30 ਪਾਉਂਡ 25 ਯਾ ਥਿਸ ਇੰਗਲਿਸ਼ ਜੈਸੇ ਆ 30 all these are English just up for best stuff on Instagram as well you go Instagram is all what's the call umis fashion umis fashion u double m y s fashion bilkul ji lazmi visit karo agar tusi utthe jaoge te mashallah zabardast ye cheeza utthe hi milangiya aur kedi kedi cheez some dresses as well all right fancy dresses acha fancy dresses bhi karde ho tusi sare then aapko the जोड़ा ये की प्राइस है जी ऑन ऑफर्स फॉर नाउ 60 quid 60 quid या आई गॉट ऑल द दीस आर कंप्लीट आई गॉट देम ऑलराइट न्यू डिजाइंस देख लो जी माशाल्लाह इनको ली भाई इनको जबरदस्त डिजाइन है तो लाजमी इंस्टाग्राम पे तुम जाओ तो लाजमी उसे विजिट करो तो माशाल्लाह चीजें इनको जबरदस्त ही मिलेंगी चक्कर लगे तो लाजमी विजिट करो मार्केट ट्रूर के अंदर माशाल्लाह चीजा मिलनगिया बहुत ही जबरदस्त माशाल्लाह भाई और को जुतियां वधिया जी लगियां ने ते भाई और खुद ही दसन गए अस्सलाम वालेकुम भाई जी की हाल है भाई जी की नाम थोड़ा जनाब अख्तर ते पाकिस्तान रावलपिंडी भाई जी के सौदा रखा जनाब जुतियां रखियां जी असां 7 पौंडा नहीं लाई है 50 पौंडा नहीं लाईयां ने सारियां अच्छा ਤੁਸੀਂ ਆਏ ਨੇ ਸਾਰੇ ਨਵੇਂ 7 ਪੌਂਡਾਂ ਦੇ ਲਾਈ ਨੇ ਕਿੰਨੇ ਕਿੰਨੇ ਦੇ ਜਨਾਬ ਇਹ 7 ਪੌਂਡਾਂ ਦੇ ਲਾਈ ਨੇ ਇਹ 7-7 ਪੌਂਡ ਦੇ ਖੁਸੇ ਲਾਏ ਨੇ ਬੜੇ ਸਸਤੇ 7 ਪੌਂਡਾਂ ਦੇ ਲਾਈ ਨੇ ਤੇ ਇਹ ਜੁੱਤੀ ਚੱਕ ਕੇ ਵਿਖਾਓ ਜਨਾਬ ਬੜੀ ਸੋਹਣੀ ਜੀ ਲੱਗ ਰਹੀ ਹੈ ਜਨਾਬ ਇਹ ਵੇਖੋ ਇਹ ਜੁੱਤੀ ਕਿੰਨੇ ਦੀ ਹੈ ਜਨਾਬ ਇਹ 50 ਪੌਂਡਾਂ ਦੀ ਸਿਰਫ ਸਿਰਫ ਜਨਾਬ 5 ਪੌਂਡ ਦੀ ਜੁੱਤੀ ਕੀ ਬਾਤ ਹੈ ਜਨਾਬ ਬੜੀ ਸਸਤੀ ਲਾਈ ਜੀ ਜਨਾਬ ਇਹ ਵੇਖ ਲਓ ਤੇ ਇਹ ਜਿਹੜੇ ਪਰਸ ਲੱਗੇ ਨੇ ਜਨਾਬ ਉੱਤੇ ਸਾਰੇ 10-10 ਪੌਂਡਾਂ ਦੇ ਲਾਏ ਨੇ ਸੇਲ ਜੀ ਲਾਏ ਸਾਰੇ 10 ਸਾਰੇ 10-10 ਪੌਂਡ ਦੇ ਇਹ ਵੇਖ ਲਓ ਜੀ ਲਾਜ਼ਮੀ ਇੱਥੇ ਆਓ ਇਹ ਵੇਖ ਲਓ ਕਿੰਨੀਆਂ ਜ਼ਬਰਦਸਤ ਚੀਜ਼ਾਂ ਲਾਈਆਂ ਨੇ ਭਾਈ ਹੋਣਾ ਇਹ ਵੇਖ ਲਓ ਇਹ ਭਾਈ ਜੀ ਕਿੰਨੇ ਦੀ ਜੁੱਤੀ ਜਨਾਬ 7 ਪੌਂਡ ਦੀ 7 ਪੌਂਡ ਸਿਰਫ 7 ਪੌਂਡ ਦੀ ਜਨਾਬ ਤੇ ਇਹ ਜਿਹੜਾ ਜੁੱਤਾ ਪਿਆ ਇਹ ਵੀ 7 ਪੌਂਡ ਦਾ ਸੇਲ ਲਾਈ ਦੀ ਆਫਰ ਸੇ ਇਹ ਵੇਖ ਲਓ ਇਹ ਵੇਖ ਲਓ ਕਿੰਨਾ ਖੂਬਸੂਰਤ ਇਹ ਵੀ 7 ਪੌਂਡ ਦਾ ਜੀ ਸਭ 7 ਪੌਂਡ ਦਾ ਭਾਈ ਹੋਣਾ ਲਾਈਆਂ ਨੇ ਬੜੀ ਜੀ ਜੀ 7-7 ਪੌਂਡ ਦੀ ਲਾਈਆਂ ਇਹ ਵੀ 7-7 ਪੌਂਡ ਦੀ ਇਹ ਜਿਹੜੇ ਆਈਟਮ ਪਏ ਨੇ ਸਾਹਮਣੇ ਜੀ ਸਭ 7 ਪੌਂਡ ਦੀ ਤੇ ਭਾਈ ਉਹਨਾਂ ਲਾਇਆ ਨੇ ਬੜੇ ਵਧੀਆ ਜੇ 7-7 ਪੌਂਡ ਦੀ ਆਫਰ ਤੇ ਇਸ ਤੋਂ ਸਸਤਾ ਹੋਰ ਜੀ ਮਾਸ਼ਾਅੱਲਾ ਇਧਰ ਵੀ ਦੁਕਾਨ ਬੜੀ ਜ਼ਬਰਦਸਤ ਹੈ ਜਨਾਬ ਇਹਨਾਂ ਕੋਲ ਵੀ ਚੀਜ਼ਾਂ ਬਹੁਤ ਹੀ ਜ਼ਬਰਦਸਤ ਮਿਲਣਗੀਆਂ ਅਸਲਾਮ ਅਲੈਕਮ ਵਾਲੇਕਮ ਸਲਾਮ ਜੀ ਭਾਈ ਜੀ ਕੀ ਹਾਲ ਹੈ ਅਲਹਮਦੁਲਿਲਾ ਠੀਕ ਠਾਕ ਲੱਗਦਾ ਠੰਡ ਕਾਫੀ ਹੈ ਅੱਜ ਨਾ ਅੱਜ ਠੰਡ ਕਾਫੀ ਹੈ ਜੀ ਤੇ ਦੱਸੋ ਭਾਈ ਜੀ ਨਾਂ ਕੀ ਤੁਹਾਡਾ ਮੇਰਾ ਨਾਮ ਸਲੀਮ ਹੈ ਜੀ ਸਲੀਮ ਤੇ ਕਿਹੜੀ ਜਗ੍ਹਾ ਤੋਂ ਪਾਕਿਸਤਾਨ ਜਨਾਬ ਮੈਂ ਪਾਕਿਸਤਾਨ ਆਪਣੇ ਗੁਜਰਖਾਨ ਤੋਂ ਗੁਜਰਖਾਨ ਤੇ ਜਨਾਬ ਕਿਹੜੀ ਕਿਹੜੀ ਚੀਜ਼ ਰੱਖੀ ਹੈ ਇੱਥੇ ਦੇਖੋ ਚਾਦਰਾਂ ਪਈਆਂ ਨੇ ਦੁਪੱਟੇ ਪਏ ਨੇ ਸ਼ੋਲਾਂ ਪਈਆਂ ਨੇ ਅੱਛਾ ਇਹ ਜਿਹੜੇ ਆ ਸ਼ੋਲ ਪਈ ਹੈ ਜਨਾਬ ਇਹ ਸ਼ੋਲਾਂ ਜੀ ਇਹ ਕੀ ਕੀਮਤ ਹੈ ਜਨਾਬ ਇਹਦੀ ਕੋਈ ਇਹ 30 ਪੌਂਡ ਦੀ 30 ਪੌਂਡ ਦੀ ਜ਼ਬਰਦਸਤ ਵੇਖੋ ਜੀ ਭਾਈ ਉਹਨਾਂ ਕੋਲ ਵੈਰਾਈਟੀ ਬੜੀ ਜ਼ਬਰਦਸਤ ਮਿਲੇਗੀ ਇੱਥੇ ਤੇ ਆ ਜਿਹੜੇ ਪਿੱਛੇ ਲੱਗੇ ਨੇ ਇਹਨਾਂ ਦੀ ਕੀ ਕੁਝ ਕੀਮਤ ਹੈ ਇੱਕ 2-3 ਲੈਂਪ ਜਿਹੜੀਆਂ ਇੱਥੇ 10 ਪੌਂਡ ਦੀਆਂ ਨੇ ਇੱਕ 4 ਪੌਂਡ ਦਾ ਜੇ ਜੀ ਜੀ ਐਡਿਟ ਲੱਗੇ ਨੇ 5-5 ਪੌਂਡ ਦੇ ਇਹ ਜਿਹੜੇ ਉੱਪਰ ਲੱਗੇ ਨੇ 5-5 ਪੌਂਡ ਦੇ ਅੱਗੇ ਲੱਗੇ ਨੇ ਉਹ ਸਾਰੇ 5 ਪੌਂਡ ਦੇ ਨੇ ਅੱਗੇ ਸਾਰੇ ਜਿਤਨੇ ਵੀ ਆਏ ਨੇ 5-5 ਪੌਂਡ ਦੇ ਤੇ ਮਾਸ਼ਾਅੱਲਾ ਕੰਮ ਮਾਰਕੀਟ 2 ਦੇ ਅੰਦਰ ਬੜਾ ਬਿਜ਼ੀ ਹੁੰਦਾ ਵੇਖ ਲਓ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ ਜ਼ਬਰਦਸਤ ਜੀ ਹਰ ਚੀਜ਼ ਮਿਲੇਗੀ ਓਕੇ ਓਕੇ ਅੱਲਾ ਹਾਫਿਜ਼ ਅੱਲਾ ਹਾਫਿਜ਼ ਦੇਖ ਲਓ ਜੀ ਮਾਸ਼ਾਅੱਲਾ ਸੀ ਮਾਰਕੀਟ 2 ਦੇ ਅੰਦਰ ਤੁਹਾਨੂੰ ਜ਼ਬਰਦਸਤ ਜੇ ਖਾਣੇ ਮਿਲਣਗੇ ਤੁਹਾਨੂੰ ਵਿਖਾਵਾਂਗੇ ਜੀ ਵਧੀਆ ਜੇ ਸਮੋਸੇ ਵੀ ਅੰਦਰ ਬਣ ਰਹੇ ਨੇ ਜ਼ਬਰਦਸਤ ਤੇ ਕਸ਼ਮੀਰੀ ਚਾਹ ਤੇ ਮਾਸ਼ਾਅੱਲਾ ਇਹਨਾਂ ਦੀ ਬੜੀ ਜ਼ਬਰਦਸਤ ਹੈ ਜਨਾਬ ਹਰ ਇੱਕ ਚੀਜ਼ ਤੁਹਾਨੂੰ ਇੱਥੇ ਵਧੀਆ ਜੀ ਮਿਲੇਗੀ ਅਸਲਾਮ ਅਲੈਕਮ ਭਾਈ ਜੀ ਕੀ ਹਾਲ ਹੈ ਲੱਗਦਾ ਉੱਤੇ ਹੱਥ ਗਰਮ ਕਰ ਰਹੇ ਹੋ ਨਾਲ ਬਾਹਰ ਸਰਦੀ ਜ਼ਿਆਦਾ ਨਾ ਹਾਂਜੀ ਨਾਲ ਵਧੀਆ ਜੀ ਕਸ਼ਮੀਰੀ ਚਾਹ ਵੀ ਪਿਆ ਰਹੇ ਹੋ ਤੇ ਨਾਲ ਚਾਹ ਵੀ ਤੇ ਨਾਲ ਹੱਥ ਹੀ ਸੇਕ ਰਹੇ ਹੋ ਜ਼ਬਰਦਸਤ ਜੀ ਪੂਰਾ ਜ਼ਬਰਦਸਤ ਜਨਾਬ ਕੀ ਹਾਲ ਹੈ ਸ਼ੁਕਰ ਅਲਹਮਦੁਲਿਲਾ ਸਭ ਠੀਕ ਠਾਕ ਹੋ ਨਾ ਜੀ ਸ਼ੁਕਰ
ਜ਼ਬਰਦਸਤ ਮਾਸ਼ਾਅੱਲਾ ਕਿਹੜੇ ਕਿਹੜੇ ਵਧੀਆ ਜਿਹੇ ਖਾਣੇ ਬਣਾਉਂਦੇ ਆ ਇੱਥੇ ਸਮੋਸਾ ਚਾਟ ਹੈ ਸੇਖ ਨਾਨ ਟਿੱਕਾ ਨਾਨ ਹਰ ਚੀਜ਼ ਦੋਸੀ ਖਾਸ ਤੌਰ ਕਸ਼ਮੀਰੀ ਚਾਹ ਸਕਦੀ ਆਏ ਉਹ ਸਾਹਿਬ ਜਿਸ ਕਸ਼ਮੀਰੀ ਚਾਹ ਪੀਣੀ ਹੈ ਤੇ ਮਾਰਕੀਟ 2 ਦੇ ਅੰਦਰ ਆਓ ਬਿਲਕੁਲ ਤੇ ਵਧੀਆ ਜੀ ਤੁਹਾਨੂੰ ਕਸ਼ਮੀਰੀ ਚਾਹ ਮਿਲੇਗੀ ਤੇ ਚੱਲਾਂਗੇ ਅੰਦਰ ਜਨਾਬ ਤੇ ਅੰਦਰ ਮਾਸ਼ਾਅੱਲਾ ਸਾਡੇ ਭਾਈ ਹੋਰ ਕੁਝ ਬਣਾ ਰਹੇ ਨੇ ਚਲੋ ਉਹਦੇ ਨਾਲ ਗੱਪਸ਼ਪ ਲਾਵਾਂਗੇ ਤੇ ਵਿਖਾਵਾਂਗੇ ਕਿਉਂ ਜੀ ਬਿਸਮਿਲ੍ਲਾ ਜੀ ਚਲਿਏ ਫਿਰ ਦੇਖ ਲਓ ਜੀ ਮਾਸ਼ਾਅੱਲਾ ਤੁਹਾਨੂੰ ਮਿਲਣਗੇ ਵਧੀਆ ਜਿਹੇ ਸਮੋਸੇ ਵੀ ਜ਼ਬਰਦਸਤ ਜੇ ਹੋਮ ਮੇਡ समोसे बन रहे जबरदस्त माशाल्लाह समोसे ए समोसा चाट होंदी या कल्ले समोसे समोसा चाट भी करने आ कल्ले समोसे भी करने आ जी जी सेक नान टिक्का बोटी फिश एंड चिप्स हर चीज फ्रेश ताला एवरी संडे असन स्पेशलिटी समोसा चाट द पिंक टी है पिंक टी ठीक असन बच्चे भी माशाल्लाह असन हकीम साहब तैयार करने अच्छा ते आ देखो माशाल्लाह ए चना चाट वास्ते बनाया जनाब जी जबरदस्त देख लो जी ताजा ताजा बनांदे ने क्या बात है जी फ्रेश ताजा पिंक टी हर चीज फ्रेश जनाब मार्केट दे अंदर किस तरह तुसी आगाज कीता की सोच आई भाई 2021 जी जी ऐसे मार्केट ऐसे शॉप ते मैं 2021 माशाल्लाह जबरदस्त मेहनत की थी ने जी पाकिस्तान कलर सईदा एक बिजनेस स्टार्ट कीता तैयब स्वीट्स एंड बेकर्स अच्छा बेहतरीन सेटअप है मिठाई बेकरी तकरीबन हर चीज अपनी तैयार होने की जबरदस्त बिस्कुट केक फास्ट फूड और स्वीट्स ते लाजमी लाओ जी कलर सईदा दा चक्कर ते दुकान दा विजिट करो तुहानू उत्थे स्वीट्स एंड बेकर जी हां जी ते चीजां वधिया जी मिलन गियां कश्मीरी कैफे दा रेफरेंस दियो जी डिस्काउंट भी मिलेगी तुहानू हां जी ए भाई होरां कह दित्ता ऑन कैमरा एक दफा फिर कहो कश्मीरी कैफे और देसी जड़ दा तुसी रेफरेंस दियो जी तुहानू डिस्काउंट मिलेगा डिस्काउंट तुहानू पाकिस्तान दे अंदर भी मिलेगा गल है ना ते माशाल्लाह तुहाडी कोई दुकान भी है सिर्फ जमा कैनन मिल चला जी सिर्फ कैनन मिल कैनन मिल ਹੁੰਦਾ ਜਨਾਬ ਤੇ ਮਾਸ਼ਾਅੱਲਾ ਬਹੁਤ ਖੁਸ਼ੀ ਹੈ ਤੁਹਾਡੇ ਨਾਲ ਗੱਲ ਕਰਕੇ ਤੇ ਜ਼ਿੰਦਗੀ ਦੇ ਤੇ ਮੁਲਾਕਾਤ ਤੇ ਹੁੰਦੀ ਰਹੇਗੀ ਓਕੇ ਲਾ ਕੀ ਹਾਲ ਹੈ ਜਨਾਬ ਵਧੀਆ ਹੋ ਅੱਜ ਕਿੱਧਰ ਕੈਨਨ ਮਿਲ ਦੇ ਅੰਦਰ ਜਨਾਬ ਅੱਜ ਜਨਾਬ ਨੇ ਸਾਰੇ ਯਾਰ ਬੁਲਾਏ ਆ ਜਾਏ ਆ ਅੱਛਾ ਅੱਜ ਕੀ ਵਜਾ ਰਹੇ ਹੋ ਫਿਰ ਕੀ ਸੁਣਾ ਰਹੇ ਹੋ ਜੋ ਕੋ ਮਰਜੀ ਪਹਿਲੇ ਪੀਆ ਸਾਹਿਬ ਦਾ ਕਲਾਮ ਸਾਹਿਬ ਬਲੂ ਸੁਣਾਓ ਜਨਾਬ Thank you.
ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਤੇ ਅਸੀਂ ਆਏ ਸੀ ਮਾਸ਼ਾਅੱਲਾ ਮਾਰਕੀਟ 2 ਦੇ ਅੰਦਰ ਵਿਖਾਇਆ ਤੁਹਾਨੂੰ ਥੋੜਾ ਬਹੁਤ ਦੇਸੀ ਮਾਹੌਲ ਹੈ ਕਿ ਇਹ ਤਾਂ ਮਾਸ਼ਾਅੱਲਾ ਚੀਜ਼ਾਂ ਹੀ ਬੜੀਆਂ ਵਧੀਆ ਨੇ ਕਿਤੇ ਤੁਹਾਡਾ ਚੱਕਰ ਲੱਗੇ ਤੇ ਮਾਰਕੀਟ 2 ਦਾ ਲਾਜ਼ਮੀ ਵਿਜ਼ਿਟ ਕਰੋ ਤੇ ਜ਼ਬਰਦਸਤ ਇਹ ਚੀਜ਼ਾਂ ਮਿਲਣਗੀਆਂ ਮੈਨੂੰ ਤੇ ਜ਼ਿੰਦਗੀ ਦੇ ਤੇ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਅੰਦਰ ਅੱਲਾ ਹਾਫਿਜ਼।